ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਚੈਨਲ ਨਿਊਜ਼ ਟਾਈਮ ਪੰਜਾਬ ਦੇ ਸਾਡਾ ਖਾਸ ਪ੍ਰੋਗਰਾਮ ਆਸਥਾ ਸ਼ਰੱਧਾ ਤੋਂ ਸ਼ਕਤੀ ਤੱਕ। ਮੈਂ ਸੰਜੀਵ ਸ਼ਰਮਾ ਅਤੇ ਮੇਰੇ ਨਾਲ ਜਿੰਦਰ ਚੜੇਕ। ਅੱਜ ਗੱਲ ਕਰਾਂਗੇ ਪਵਿੱਤਰ ਨਦੀ ਗੰਗਾ ਦੀ। ਪੁਰਾਣੇ ਸਮੇਂ ਵਿੱਚ ਅਯੋਧਿਆ ਦਾ ਰਾਜਾ ਸਗੜ ਸੀ, ਜਿਸਦੇ 60,000 ਪੁੱਤਰ ਸੀ ਅਤੇ ਉਹ ਅਸ਼ਵਮੇਘ ਯੱਗ ਕਰਾਉਣਾ ਚਾਹੁੰਦਾ ਸੀ ਅਤੇ ਇਸ ਅਸ਼ਵਮੇਘ ਯੱਗ ਲਈ ਉਸਨੇ ਇੱਕ ਘੋੜਾ ਛੱਡ ਦਿੱਤਾ। ਭਗਵਾਨ ਇੰਦਰ ਇਸ ਗੱਲ ਤੋਂ ਨਿਰਾਸ਼ ਸੀ ਅਤੇ ਉਹ ਇਸ ਯੱਗ ਨੂੰ ਅਸਫਲ ਕਰਨਾ ਚਾਹੁੰਦੇ ਸੀ। ਇਸ ਲਈ ਉਹਨਾਂ ਨੇ ਉਸ ਘੋੜੇ ਨੂੰ ਮਹਾਰਿਸ਼ੀ ਕਪਿਲ ਦੇ ਆਸ਼ਰਮ ਵਿੱਚ ਲੁਕੋ ਦਿੱਤਾ। ਉਸ ਤੋਂ ਬਾਅਦ ਸਗਰ ਦੇ 60,000 ਪੁੱਤਰਾਂ ਨੇ ਉਸ ਘੋੜੇ ਨੂੰ ਤਲਾਸ਼ ਕਰਨ ਦੀ ਬਹੁਤ ਕੋਸ਼ਿਸ਼ ਕੀਤੀ ਅਤੇ ਜਦ ਉਹ ਮਹਾਰਿਸ਼ੀ ਕਪਿਲ ਦੇ ਆਸ਼ਰਮ ਪੁੱਜੇ ਤਾਂ ਉਹਨੂੰ ਪਤਾ ਲੱਗਾ ਕਿ ਘੋੜਾ ਕਿੱਥੇ ਲੁਕਿਆ ਹੋਇਆ ਹੈ। ਤਾਂ ਉਹਨਾਂ ਨੇ ਉੱਥੇ ਜਾ ਕੇ ਜ਼ੋਰ ਜ਼ੋਰ ਨਾਲ ਚਲਾਉਣਾ ਸ਼ੁਰੂ ਕਰ ਦਿੱਤਾ ਕਿ ਇੱਥੇ ਕੋਈ ਚੋਰ ਆਇਆ ਹੋਇਆ ਹੈ। ਚੋਰ ਚੋਰ ਦੀ ਆਵਾਜ਼ ਸੁਣ ਕੇ ਮਹਾਰਿਸ਼ੀ ਕਪਿਲ ਦੀ ਤਪੱਸਿਆ ਭੰਗ ਹੋ ਗਈ ਅਤੇ ਜਿਵੇਂ ਹੀ ਉਹਨਾਂ ਨੇ ਆਪਣੀਆਂ ਅੱਖਾਂ ਖੋਲੀਆਂ, ਮਹਾਰਾਜ ਸਗੜ ਦੇ ਸਾਰੇ ਪੁੱਤਰ ਮਾਰੇ ਗਏ। ਕਹਿਣ ਦਾ ਭਾਵ ਕਿ ਭਸਮ ਹੋ ਗਏ। ਉਸ ਤੋਂ ਬਾਅਦ ਰਾਜਾ ਸਗੜ, ਰਾਜਾ ਅੰਸ਼ੁਮਨ ਅਤੇ ਰਾਜਾ ਦਲੀਪ ਤਿੰਨਾਂ ਨੇ ਘੋਰ ਤਪੱਸਿਆ ਕੀਤੀ ਤਾਂ ਕਿ ਗੰਗਾ ਨੂੰ ਧਰਤੀ 'ਤੇ ਲੈ ਕੇ ਆਇਆ ਜਾ ਸਕੇ, ਪਰ ਸਾਰੇ ਦੇ ਸਾਰੇ ਇਸ ਕੰਮ ਦੇ ਵਿੱਚ ਅਸਫਲ ਹੋਏ ਅਤੇ ਆਪਣੇ ਪ੍ਰਾਣ ਤਿਆਗ ਦਿੱਤੇ। ਗੰਗਾ ਨੂੰ ਧਰਤੀ 'ਤੇ ਇਸ ਕਰਕੇ ਲੈ ਕੇ ਆਉਣਾ ਪੈ ਰਿਹਾ ਸੀ ਕਿਉਂਕਿ ਧਰਤੀ ਦਾ ਸਾਰਾ ਪਾਣੀ ਖਤਮ ਹੋ ਚੁੱਕਿਆ ਸੀ ਅਤੇ ਰਿਸ਼ੀ ਅਗਸਤਿਆ ਨੇ ਉਹ ਸਾਰਾ ਪਾਣੀ ਪੀ ਲਿਆ ਸੀ। ਇਸ ਕਰਕੇ ਆਪਣੇ ਪਿੱਤਰਾਂ ਨੂੰ ਸ਼ਾਂਤੀ ਦੇਣ ਲਈ ਧਰਤੀ 'ਤੇ ਕੋਈ ਵੀ ਨਦੀ ਨਹੀਂ ਸੀ। ਮਹਾਰਾਜਾ ਦਲੀਪ ਤੋਂ ਬਾਅਦ ਉਹਨਾਂ ਦੇ ਪੁੱਤਰ ਭਗੀਰਥ ਨੇ ਘੋਰ ਤਪੱਸਿਆ ਕੀਤੀ ਅਤੇ ਬ੍ਰਹਮਾ ਜੀ ਤੋਂ ਇਹ ਵਰ ਮੰਗਿਆ ਕਿ ਗੰਗਾ ਨੂੰ ਧਰਤੀ 'ਤੇ ਲੈ ਕੇ ਆਇਆ ਜਾ ਸਕੇ ਤਾਂ ਕਿ ਉਹਨਾਂ ਦੇ ਪਿੱਤਰਾਂ ਨੂੰ ਸ਼ਾਂਤ ਕੀਤਾ ਜਾ ਸਕੇ। ਤਦ ਬ੍ਰਹਮਾ ਜੀ ਨੇ ਕਿਹਾ ਕਿ ਮੈਂ ਗੰਗਾ ਨੂੰ ਧਰਤੀ 'ਤੇ ਭੇਜ ਦਿੰਦਾ, ਪਰ ਉਸਦੇ ਵੇਗ ਨੂੰ ਧਰਤੀ 'ਤੇ ਕੌਣ ਸਹਾਰ ਸਕਦਾ ਹੈ। ਤਦ ਉਹਨਾਂ ਨੇ ਇੱਕ ਉਪਾਅ ਦੱਸਿਆ, ਜੇਕਰ ਸ਼ਿਵ ਭਗਵਾਨ ਦੀ ਪੂਜਾ ਕੀਤੀ ਜਾਵੇ ਅਤੇ ਉਹ ਪ੍ਰਸੰਨ ਹੋ ਜਾਣ ਤਾਂ ਉਹ ਆਪਣੀ ਜਟਾਵਾਂ ਵਿੱਚ ਗੰਗਾ ਨੂੰ ਸਮਾ ਸਕਦੇ ਨੇ ਅਤੇ ਉਸ ਤੋਂ ਬਾਅਦ ਧਰਤੀ 'ਤੇ ਗੰਗਾ ਦਾ ਨਿਵਾਸ ਹੋ ਜਾਵੇਗਾ। ਫਿਰ ਭਗੀਰਥ ਨੇ ਭਗਵਾਨ ਸ਼ਿਵ ਦੀ ਘੋਰ ਤਪੱਸਿਆ ਕੀਤੀ ਅਤੇ ਭਗਵਾਨ ਸ਼ਿਵ ਨੇ ਪ੍ਰਸੰਨ ਹੋ ਕੇ ਗੰਗਾ ਨੂੰ ਆਪਣੇ ਜਟਾਂ ਵਿੱਚ ਸਮਾਉਣ ਲਈ ਤਿਆਰ ਹੋ ਗਏ ਅਤੇ ਉਸ ਤੋਂ ਬਾਅਦ ਗੰਗਾ ਨੂੰ ਧਰਤੀ ਦੇ ਉੱਪਰ ਛੱਡ ਦਿੱਤਾ ਗਿਆ। ਉਸ ਦਿਨ ਦਸਵੀਂ ਸੀ। ਉਸ ਦਿਨ ਦਸਵੀਂ ਸੀ, ਇਸ ਕਰਕੇ ਉਸ ਦਿਨ ਨੂੰ ਗੰਗਾ ਦੁਸਹਿਰਾ ਵੀ ਕਿਹਾ ਜਾਂਦਾ ਹੈ। ਦਸਵੀਂ ਹੋਣ ਦੇ ਕਾਰਨ ਉਸ ਦਿਨ ਨੂੰ ਗੰਗਾ ਦੁਸਹਿਰਾ ਵੀ ਕਿਹਾ ਜਾਂਦਾ ਹੈ। ਗੰਗਾ ਦੁਸਹਿਰਾ ਵਾਲੇ ਦਿਨ ਗੰਗਾ ਦੀ ਪੂਜਾ ਕੀਤੀ ਜਾਂਦੀ ਹੈ ਅਤੇ ਗੰਗਾ ਦੁਸਹਿਰਾ ਨਾਂ ਦਾ ਤਿਉਹਾਰ ਸਮੁੱਚੀ ਦੁਨੀਆ ਵਿੱਚ ਮਨਾਇਆ ਜਾਂਦਾ ਹੈ। ਇਹ ਸੀ ਗੰਗਾ ਦੇ ਧਰਤੀ ਦੇ ਆਉਣ ਦੀ ਕਹਾਣੀ। ਅਗਲੀ ਵਾਰ ਆਸਥਾ ਦੇ ਨਵੇਂ ਐਪੀਸੋਡ ਵਿੱਚ ਮੈਂ ਸੰਜੀਵ ਸ਼ਰਮਾ ਅਤੇ ਦਵਿੰਦਰ ਚੜੇਕ ਨੂੰ ਫਿਰ ਮਿਲਾਂਗੇ। ਤਦ ਤੱਕ ਲਈ